ਮੇਰਾ ਨਾਮ ਆਤਮਾ ਜੀ ਜੀ, ਕਿੱਥੇ ਕੰਮ ਕਰਦੇ ਹੋ? ਇੱਕ ਇੱਕ ਸਟੋਰ 'ਚ। ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ? 8-10 ਸਾਲ ਹੋ ਗਏ ਜੀ। ਅਤੇ ਕੀ ਘਟਨਾ ਵਾਪਰੀ ਰਾਤੀ? ਰਾਤੀ ਜੀ 2:30 ਵਜੇ ਦੇ ਵਿੱਚ 2 ਵਜੇ ਦੇ ਵਿੱਚ ਬੰਦੇ ਆਏ ਅਤੇ ਹਥਿਆਰ ਉਹਨਾਂ ਕੋਲ ਅਤੇ ਉਹਨਾਂ ਆਣ ਕੇ ਮਾਰਨ ਦੀ ਕੀਤੀ ਆ। ਇਹਨੇ ਉਸ ਉੱਤੇ ਰੱਖ ਲਿਆ, ਕਿਸੇ ਕਿਤੇ ਰੱਖ ਲਿਆ ਅਤੇ ਬੰਨ ਦਾ ਸਾਨੂੰ ਸਾਰਿਆਂ ਨੂੰ 6-7 ਜਣਿਆਂ ਨੂੰ। 6-7 ਜਣੇ? ਹਾਂ, 6-7 ਜਣੇ। ਤਾਂ ਬੰਦ ਕਮਰੇ 'ਚ ਤੁਸੀਂ? ਨਾ, ਇੱਥੇ ਹਾਂ ਜੀ, ਓਪਨ ਦੇ ਵਿੱਚ। ਹਾਂਜੀ, ਸਾਨੂੰ ਉਹ ਕਮਰੇ 'ਚ ਬੰਨ ਕੱਤਿਆ। ਅਤੇ ਆਏ ਕਿਸ ਚੀਜ਼ ਦੇ ਉੱਪਰ? ਆਏ ਕਾਹਦੇ 'ਤੇ ਆਏ ਜੀ? ਪਹਿਲਾਂ ਤਾਂ ਉਤਰਾ ਹੀ ਆਇਆ, ਪੌੜੀ ਲੱਗੀ ਪਿੱਛੇ, ਅਤੇ ਫਿਰ ਉਹ ਗੱਡੀ 'ਤੇ ਵੀ ਆਏ। ਹਾਂ, ਕਿੰਨਾ ਮਟੀਰੀਅਲ ਲੈ ਕੇ ਚੁੱਕੇ? ਬੜਾ ਲੈ ਗਿਆ ਜੀ, ਬਹੁਤ ਜ਼ਿਆਦਾ। ਜੇ CCTV ਕੈਮਰੇ ਲੱਗੇ ਸੀ? ਹਾਂਜੀ ਲੱਗੇ ਸੀ, ਉਹ ਵੀ ਚੁੱਕੇ ਲੱਗੇ CCTV ਕੈਮਰੇ। ਹਾਂਜੀ, ਉਹ ਕਹਿੰਦੇ ਕਿ ਮਾਰਿਆ ਮੁਰਿਆ ਤਾਂ ਨਹੀਂ? ਮਾਰਿਆ ਜੀ। ਕਿਹਨੂੰ? ਮੈਨੂੰ ਮਾਰਿਆ, ਬੰਦੇ ਨੂੰ ਮਾਰਿਆ। ਅਤੇ ਮਹਿੰਗਾ ਸਮਾਨ ਕਿਹੜਾ ਖੜਾ? ਕਾਜੂ ਜੀ ਸਭ ਤੋਂ ਜਿਹੜਾ ਮਹਿੰਗਾ। ਹਾਂਜੀ, ਕਾਲੀ ਮਿਰਚ ਹੋ ਗਈ। ਸਮਾਂ ਕਿੰਨੇ ਵਜੇ ਦਾ ਸੀ? ਸਮਾਂ ਹੈਗਾ ਸੀ 2 ਤੋਂ 1:30 ਵਜੇ ਤੱਕ। ਕਿੰਨੇ ਵਜੇ ਤੱਕ ਉਹ ਇੱਥੇ ਰਹੇ? ਉਹ ਗਏ ਜੀ ਜਦੋਂ ਬਾਬਾ ਬੋਲਿਆ, 4 ਵਜੇ। ਹਾਂਜੀ। ਅਤੇ ਹਥਿਆਰ ਵੀ ਉਹਨਾਂ ਕੋਲ ਹੈਗੇ? ਹਾਂਜੀ। ਕੋਈ ਸਹੀ ਮੌਕੇ? ਹਾਂਜੀ, ਪੁਲਿਸ ਸਵੇਰੇ ਸਾਨੂੰ ਜਦੋਂ ਅਸੀਂ ਖੁੱਲ੍ਹੇ ਆ ਨਾ, ਉਹ ਵੇਖੋ, ਅਤੇ ਫਿਰ ਅਸੀਂ ਫੋਨ ਕੀਤਾ ਸਰਦਾਰ ਨੂੰ, ਫਿਰ ਆਏ। ਉਹ ਕਹਿੰਦੇ ਜੀ ਫੋਨ ਵੀ ਤੁਹਾਡੇ ਰੱਖ ਲਏ ਸੀ ਉਹਨਾਂ? ਸਾਰੇ ਫੋਨ ਪਹਿਲਾਂ ਖੋਲ੍ਹੇ ਜੀ। 7 ਕਿੰਨੇ ਜਾਣੇ ਦੱਸੇ ਜਾਣੇ? 7 ਜਣੇ। ਉਹ ਕਿੰਨੇ ਜਾਣੇ ਸੀ? ਉਹ ਤਾਂ 35-40 ਜਣੇ। ਕਹਿੰਦਾ ਟੱਪ ਕੇ ਆਏ ਸੀ? ਹਾਂਜੀ ਹਾਂਜੀ। ਅਤੇ ਫਿਰ ਕਹਿੰਦੇ ਉਸ ਤੋਂ ਬਾਅਦ ਬੂਹਾ ਵੀ ਖੋਲ੍ਹਿਆ ਗਿਆ? ਹਾਂਜੀ, ਸਭ ਖੋਲ੍ਹੇ, ਉਹਨਾਂ ਹੀ ਖੋਲ੍ਹੇ, ਕਿਸੇ ਨੇ ਸਾਡੇ ਬੰਦੇ ਨੂੰ। ਇਹ ਸਟੋਰ ਆਏ 1A Cold Store ਚਬਾਰ ਰੋਡ ਇਬਨ ਕਲਾਂ। ਕੀ ਗੱਲ ਹੋਈ ਹੈ ਜੀ? ਇਹ ਰਾਤੀ ਕੋਈ 1:30 ਵਜੇ ਬੰਦੇ ਆਏ ਆ ਇੱਥੇ, 35-40 ਬੰਦੇ ਤੱਕ, ਜਿਨ੍ਹਾਂ ਕੋਲ ਮਤਲਬ 5-7 ਬੰਦਿਆਂ ਕੋਲ ਹਥਿਆਰ ਸੀ, ਅਤੇ ਉਹਨਾਂ ਨੇ ਬੰਦਿਆਂ ਨੂੰ ਬੱਦੀ ਬਣਾਇਆ ਅਤੇ ਗੱਡੀ 1 ਟਰੱਕ ਅਤੇ 1 ਮਹਿੰਦਰਾ ਲੋਡ ਕਰਕੇ ਇੱਥੋਂ ਲੈ ਗਏ। ਇਹ ਸਾਨੂੰ 4:00 ਵਜੇ ਅਤੇ 21 ਮਿੰਟ 'ਤੇ ਬਾਹਰ ਕੈਮਰਿਆਂ ਤੋਂ ਪਤਾ ਲੱਗਾ ਕਿ ਉਹ ਟਰੱਕ ਨਿਕਲਿਆ। ਅਸੀਂ ਸਾਨੂੰ 4:40 ਦੇ ਬੰਦਿਆਂ ਨੇ ਅੰਦਰੋਂ ਆਪਣੇ ਜਿਹੜੇ ਬੰਦੀ ਬਣੇ ਸੀ ਉਹਨਾਂ ਨੇ ਬੂਹੇ ਬੂਹੇ ਤੋੜ ਕੇ ਬਾਹਰ ਆਏ ਅਤੇ ਉਹਨਾਂ ਨੇ ਸਾਨੂੰ ਫੋਨ ਕੀਤਾ। ਅਸੀਂ 4:40 ਅਤੇ 45 ਦੇ ਇੱਥੇ ਪਹੁੰਚ ਗਏ ਸੀ। ਬੰਦੇ 35-40 ਤੱਕ ਗਏ। ਕੀ ਚੋਰੀ ਹੋਇਆ? ਚੋਰੀ ਦੇਖੋ ਜੀ, ਐਸਟੀਮੇਟ ਲੱਗਦਾ ਪਿਆ ਤਕਰੀਬਨ ਕੋਈ 1.5 ਤੋਂ ਲੈ ਕੇ 2 ਕਰੋੜ ਤੱਕ ਨੁਕਸਾਨ ਹੈਗਾ। ਕਿਹੜੇ ਕਿਹੜੇ ਮਹਿੰਗੇ ਪਦਾਰਥ ਹੈਗੇ ਜਿਹੜੇ ਚੋਰੀ ਹੋਏ? ਮਹਿੰਗੇ ਪਦਾਰਥ ਸਾਰੇ ਹੈ ਜੀ, ਇੱਥੇ ਸਸਤਾ ਪਦਾਰਥ ਕੋਈ ਵੀ ਨਹੀਂ ਹੈਗਾ, ਕਿਉਂ ਕਾਜੂ ਹੈ ਅਤੇ ਉਹ ਵੀ ਮਹਿੰਗਾ, ਅੰਜੀਰ ਹੈ ਉਹ ਵੀ ਮਹਿੰਗੀ ਹੈ, ਅਤੇ ਮੈਂ ਕਿਸੇ ਦਾ ਮਤਲਬ ਰੇਟ ਨਹੀਂ ਦੱਸ ਸਕਦਾ, ਕਿਉਂ ਸਾਨੂੰ ਮਤਲਬ ਨਾ ਰੇਟ ਪਾਰਟੀਆਂ ਨੂੰ ਪਤਾ ਹੁੰਦਾ। ਮੈਂ ਤਕਰੀਬਨ ਇੰਨਾ ਨੁਕਸਾਨ ਤਾਂ ਹੈਗਾ ਹੀ ਹੈ, ਇਸ ਤੋਂ ਵੱਧ ਹੋ ਸਕਦਾ ਘੱਟ ਨਹੀਂ। ਕਿੰਨੇ ਵਜੇ ਦਾ ਸਮਾਂ ਦੱਸਿਆ ਜਾ ਰਿਹਾ? ਤੁਹਾਡੇ ਬੰਦੇ ਇੱਥੇ ਕਿੰਨੇ ਜਣੇ ਹੁੰਦੇ? ਬੰਦੇ 7.5 ਹੈਗੇ ਜੀ। ਉਹ ਹਥਿਆਰਾਂ ਦੇ ਨਾਲ ਆਏ? ਉਹ ਹਥਿਆਰਾਂ ਨਾਲ ਆਇਆ ਸੀ, 5 ਬੰਦਿਆਂ ਕੋਲ ਹਥਿਆਰ ਹੈਗਾ ਸੀ ਅਤੇ ਬਾਕੀ ਬੰਦਿਆਂ ਕੋਲ ਮਤਲਬ ਉਹਨੇ ਹਥਿਆਰ ਨਹੀਂ ਸੀ। ਹਥਿਆਰ ਹੋਏਗਾ 5 ਬੰਦਿਆਂ ਕੋਲ, ਉਹਨਾਂ ਨੇ ਵੇਖਿਆ। ਉਹਨਾਂ ਬੰਦੀ ਬਣਾ ਲਿਆ ਤੁਹਾਡੇ ਬੰਦੇ? ਹਾਂਜੀ, ਬੰਦੇ ਬਣਾ। ਕਿੰਨੇ ਵਜੇ ਟਾਈਮ ਜਦੋਂ ਬੰਦੀ ਬਣਾਇਆ? 1:30 ਵਜੇ ਅੰਦਰ ਆਏ ਜੀ, 4 ਵਜੇ ਦੇ ਕਰੀਬ ਗਏ। ਲੱਗਦਾ ਕਿ ਵੱਡਾ ਘਾਟਾ ਪੈ ਗਿਆ ਜੀ। ਹਾਂਜੀ, ਇੱਥੇ ਤਾਂ ਬਹੁਤ ਵੱਡਾ ਘਾਟਾ ਜੀ, ਵਪਾਰੀਆਂ ਦਾ ਮਾਲ ਹੁੰਦਾ, ਵਪਾਰੀ ਸਾਨੂੰ ਭੇਜਦੇ ਆ, ਅਸੀਂ ਰੈਂਟ 'ਤੇ ਉਹਨਾਂ ਦਾ ਮਾਲ ਰੱਖਦੇ ਹਾਂ, ਅਤੇ ਇਸ ਟਾਈਮ ਸਾਨੂੰ ਵੀ ਮਤਲਬ ਵਪਾਰੀ ਵੀ ਸਾਥ ਦੇ ਰਹੇ ਬੜਾ, ਉਹ ਵੀ ਲੱਗੇ ਆ ਕਿ ਕਹਿੰਦੇ ਆ ਛੇਤੀ ਤੋਂ ਛੇਤੀ ਫੜੇ ਜਾਣਗੇ। ਪੁਲਿਸ ਮੌਕੇ 'ਤੇ ਪਹੁੰਚੀ? ਪੁਲਿਸ, ਹਾਂ ਪੁਲਿਸ ਗਏ, ਪੁਲਿਸ ਕਮਿਸ਼ਨਰ ਸਾਹਿਬ ਗਏ ਆ। CCTV ਸਾਹਮਣੇ ਆਈ ਜੀ? CCTV ਕਹਿ, ਤੁਹਾਨੂੰ ਇੱਕ ਫੋਟੋ ਭੇਜੀ ਹੈ ਕਲਿੱਪ, ਅਤੇ ਗੱਡੀਆਂ ਜਦੋਂ ਬਾਹਰ ਨਿਕਲੀਆਂ ਚੱਕੀ 'ਤੇ। ਕੀ ਮੰਗ ਕਰਦੇ ਹੋ ਤੁਸੀਂ? ਮੰਗ ਕਰਨੀ ਜਲਦੀ ਜਲਦੀ ਚੋਰ ਫੜੇ ਜਾਣ, ਅਤੇ ਦੇਖੋ ਮੈਂ ਤਾਂ ਇਹੋ ਮੰਗ ਕਰਾਂ, ਸਾਡਾ ਲੋਕਾਂ ਦਾ ਮਾਲ ਜਿਹੜਾ
ਸਸਤੀ ਹੋਏ ਤੇ ਲੱਗਦਾ ਕਿ ਲੋਕ ਤੁਹਾਡੇ 'ਤੇ ਵਿਸ਼ਵਾਸ ਕਰਕੇ ਇੰਨਾ ਮਾਲ ਰੱਖਦੇ ਨੇ, ਲੋਕ ਵਿਸ਼ਵਾਸ ਕਰਦੇ ਆ, ਲੋਕ ਸਾਡੇ 'ਤੇ ਵਿਸ਼ਵਾਸ ਕਰਦੇ ਆ ਅਤੇ ਇੰਨਾ ਮਾਲ ਰੱਖਦੇ ਆ, ਅਤੇ ਬਾਕੀ ਸਾਡਾ ਵੀ ਹੁਣ ਜੇ ਗੌਰਮੈਂਟ ਚਾਹੇ ਅਤੇ ਸਾਥ ਦੇਵੇ ਅਤੇ ਸਾ ਵਿਸ਼ਵਾਸ ਨੂੰ ਪੂਰਾ ਕੰਪਲੀਟ ਹੀ ਰਹੇ। ਦੱਸ ਕੇ ਸਭ ਤੋਂ ਪਹਿਲਾਂ ਮੈਂ SHO ਚਾਟੀ ਪਿੰਡ ਕੀ ਸਰ ਮਾਮਲਾ ਕੀ ਹੋਇਆ, ਕਿੱਥੇ ਸਟੋਰ ਹੈਗਾ ਕਿ ਕਿੰਨੇ ਵਿੱਚ? ਇੱਥੇ ਬਣਕੜਾ ਇੱਕ ਕੋਲਡ ਸਟੋਰ ਆ, ਉੱਥੇ ਆਏ ਹਾਂ, ਮੌਕਾ ਵੇਖਿਆ ਵਾ, ਤਸਦੀਕ ਕੀਤਾ ਜਾ ਰਿਹਾ ਅਤੇ ਕੋਲਡ ਸਟੋਰ 'ਤੇ ਕੁਝ ਕਾਜੂ ਜਿਵੇਂ ਅੰਜੀਰ ਆ ਇਹੋ ਜਿਹੀਆਂ ਵਰਾਇਟੀਆਂ ਕੁਛ ਨਾ ਅਣਪਛਾਤੇ ਕੋਈ ਕੰਪਲੇਂਟ ਆਈ ਹੈ ਲੈ ਕੇ ਆ ਇੱਥੋਂ, ਅਤੇ ਉਸ ਮੁਤਾਬਕ ਜਿਹੜੀ ਆ ਤਸਦੀਕ ਕਰਕੇ ਕਾਰਵਾਈ ਕੀਤੀ ਜਾਵੇ। ਚੈੱਕ ਕਰ ਰਹੇ ਹਾਂ ਜੀ, ਚੈੱਕ ਕਰਕੇ ਜੋ ਵੀ ਹੋਊਗਾ ਅਪਡੇਟ ਕੀਤੀ ਜਾਊਗੀ। ਅਤੇ ਕਿੰਨੇ ਬੰਦੇ ਦੱਸੇ ਜਾ ਰਹੇ, ਕੋਈ ਮਾਲਕ ਮਕਾਨ ਦੱਸਿਆ ਗਿਆ ਸਟੋਰ ਵੱਲੋਂ? ਉਹ ਇਹ ਤਸਦੀਕ ਕਰ ਰਹੇ, ਪੁੱਛਗਿੱਛ ਕਰ ਰਹੇ ਉਹਨਾਂ ਕੋਲੋਂ। ਮਾਮਲਾ ਦਰਜ ਕਰ ਲਿਆ? ਹਾਂ ਹਾਂਜੀ, ਮਾਮਲਾ ਦਰਜ ਕਰਕੇ।